ਮਤਲਬ ਹੁੰਦਾ ਇਹੀ ਸੀਗਾ ਕਿ ਜਿਹਨੇ ਸਾਨੂੰ ਕੁਛ ਕੀਤਾ ਦਿੱਤਾ ਨਹੀਂ, ਸਾਨੂੰ ਪੁੱਛਿਆ ਨਹੀਂ, ਗਿੱਛਿਆ ਨਹੀਂ, ਸਾਨੂੰ ਦੁੱਖ ਦਰਦ ਦਿੱਤਾ, ਉਹ ਸਾਡੇ ਲਈ ਮਰ ਗਿਆ ਤੇ ਆਪਾਂ ਉਹਦੀ ਮਕਾਣੇ ਆਏ ਹਾਂ। ਉਹ ਇਹੀ ਕਹਿ ਸਕਦੇ ਹਾਂ, ਇੰਨੇ ਆਪਾਂ ਐਕਸ਼ਨ ਕਰ ਲਏ ਪਰ ਅਜੇ ਤੱਕ ਬੁਲਾਇਆ ਤੱਕ ਨਹੀਂ, ਤੇ ਅਸੀਂ ਮਕਾਨ ਹੀ ਆਏ ਉਹਨਾਂ ਦੀ। ਮੈਨੂੰ ਲੱਗਦਾ ਵੀ ਉਹ ਵਿਧਾਨ ਸਭਾ ਨਹੀਂ ਗੀ, ਉਹ ਮੜੀਆਂ ਮੜੀਆਂ, ਤੇ ਅਸੀਂ ਉੱਥੇ ਮੜੀਆਂ ਤੇ ਸੰਸਕਾਰ ਕਰਨ ਆਏ ਹੋਏ ਇਹਨਾਂ ਦਾ, ਕਾਲੇ ਕੱਪੜੇ ਪਾ ਕੇ। ਸੋ ਦੋਸਤੋ, ਬੜੀਆਂ ਸਰਕਾਰਾਂ ਦੇਖੀਆਂ ਪਰ ਇਹੋ ਜਿਹੀ ਢੀਠ, ਨਲਾਇਕ, ਅਨਪੜ੍ਹ ਕਿਸਮ, ਗੁਆਰ ਕਿਸਮ ਦੀ ਸਰਕਾਰ ਨਹੀਂ ਦੇਖੀ, ਜਿਹਨਾਂ ਨੂੰ ਮੁੱਖ ਮੰਤਰੀ ਔਰ ਸੀਐਮ ਦੇ ਵਿੱਚ ਨਹੀਂ ਫਰਕ ਪਤਾ। ਜਿਹਨਾਂ ਦੇ MLA ਇਹ ਕਹੀ ਜਾਂਦੇ ਆ, ਮੁੱਖ ਮੰਤਰੀ ਸੀਐਮ ਸਾਹਿਬ ਜਿੰਨੀ ਦੇਰ ਤੁਸੀਂ ਮੁੱਖ ਮੰਤਰੀ, ਅਸੀਂ ਮੰਤਰੀ ਰਵਾਂਗੇ। ਕਮਾਲ ਹੋ ਗਈ ਯਾਰ, ਇਹੋ ਜਿਹੇ ਉਹੋ ਜਿਹੇ ਤੁਸੀਂ ਵੋਟਾਂ ਪਾਤੀਆਂ ਯਾਰ, ਸ਼ਰਮ ਆਈ ਯਾਰ। ਹੁਣ ਨਾ ਦੁਬਾਰਾ ਇਹੋ ਜਿਹੀ ਗਲਤੀ ਕਰ ਲਿਓ, ਦੇਖ ਲਿਆ ਕਰੋ ਯਾਰ, ਉਹ ਸ਼ਕਲਾਂ ਨਹੀਂ ਦੇਖਣ ਨੂੰ ਦਿਲ ਕਰਦੀ ਹੈ ਜਿਹਨਾਂ ਨੂੰ ਤੁਸੀਂ ਸਾਰਾ ਵੋਟਾਂ ਪਾਤੀਆਂ ਯਾਰ। ਉਹ ਇਹਨਾਂ 'ਚ ਤੇ ਆਪ ਸਾਡੇ ਆ ਮੁਲਾਜ਼ਮ ਆ, ਆਪਾਂ ਵਾ, ਪਿੱਛੇ ਪੁਲਿਸ ਵਾਲਾ, ਇਹਨਾਂ 'ਚੋਂ ਕੋਈ ਚੁਣ ਲੈਂਦੇ ਵਧੀਆ ਬੰਦੇ ਸੀਗੇ ਯਾਰ। ਜਦੋਂ ਸਾਡੇ 'ਚ ਕੋਈ ਕਹਿੰਦੇ ਇਲੈਕਸ਼ਨ ਲੜਨੀ, ਕਹਿੰਦੇ ਯਾਰ ਮਤਲਬ ਪ੍ਰਸਤ ਆ, ਉਹ ਸਾਰੇ ਬੜੇ ਚੰਗੇ ਆ, ਉਹ ਮਤਲਬ ਪ੍ਰਸਤ ਨਹੀਂ ਗੇ, ਉਹ ਉੱਥੇ ਬੈਠੇ ਢੀਠ ਬੰਦੇ ਪੈਨਸ਼ਨਾਂ ਲਈ ਜਾਂਦੇ ਆ, ਤੁਹਾਨੂੰ ਕਹਿੰਦੇ ਅਸੀਂ ਪੈਨਸ਼ਨ ਨਹੀਂ ਦੇਣੀ, ਦੱਸੋ ਹੁਣ ਕੀ ਕਰੀਏ। ਸੋ ਇਸ ਕਰਕੇ ਆਪਾਂ ਜਦੋਂ ਆਪਣੀ ਨਹੀਂ ਸੁਣੀ ਗਈ ਤੇ ਆਪਾਂ ਕਾਲੇ ਕੱਪੜੇ ਇੱਥੇ ਪਾ ਕੇ ਆ ਗਏ ਆ, ਤੇ ਹੁਣ ਆਪਾਂ ਇੱਕ ਅਰਦਾਸ ਕਰਨੀ ਆ ਉਸ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਵੀ ਇਹੋ ਜਿਹੇ ਮੂਰਖਾ ਬੰਦਿਆਂ ਨੂੰ, ਨਾ ਸਮਝ ਬੰਦਿਆਂ ਨੂੰ ਅਕਲ ਬਖਸ਼, ਸੁਮਤ ਬਖਸ਼ ਕਿ ਇਹ ਕੁਛ ਲੋਕਾਂ ਦੀ ਭਲਾਈ ਦਾ ਕੰਮ ਕਰਨ, ਮੁਲਾਜ਼ਮਾਂ ਦੀ ਭਲਾਈ ਦਾ ਕੰਮ ਕਰਨ। ਜਿਹੜੇ ਤੁਸੀਂ ਵਾਅਦੇ ਕੀਤੇ ਸੀ ਚੁਟਕੀਆਂ ਮਾਰ ਮਾਰ ਕੇ, ਪੂਰੇ ਕਰੋ, 2 ਸਾਲ ਬੀਤ ਗਿਆ। ਸੋ ਉੱਚੀ ਆਵਾਜ਼ 'ਚ ਅਰਦਾਸ ਕਰਨੀ ਹੈ। ਇਹ ਸਾਡੇ 2-3 ਸਾਥੀਆਂ ਨੇ ਅੱਜ ਅਰਦਾਸ ਲਿਖੀ, ਪਹਿਲੇ ਸੀਗੀ ਵੀ ਭਾਈ ਜੀ ਨੂੰ ਬੁਲਾ ਕੇ ਅਰਦਾਸ ਕਰਾਵਾਂਗੇ, ਫਿਰ ਇਹ ਵੀ ਧਰਮ ਦਾ ਮਸਲਾ ਆ ਜਾਂਦਾ, ਉਹਦੀ ਚੰਗੀ ਨਹੀਂ ਲੱਗਦੀ, ਕਈ ਤਰ੍ਹਾਂ ਦੇ ਕੋਈ ਓਬਜੈਕਸ਼ਨ ਨਾ ਉੱਠੇ। ਸੋ ਅਰਦਾਸ ਆਪਾਂ ਕੋਈ ਵੀ ਕਰ ਸਕਦਾ, ਕੋਈ ਵੀ ਗੁਰੂ ਮਹਾਰਾਜ ਦੇ ਅੱਗੇ ਅਰਜੋਈਆਂ ਕਰ ਸਕਦਾ, ਤੇ ਜਦੋਂ ਕੋਈ ਦੁੱਖ ਦੀ ਘੜੀ ਹੁੰਦੀ ਆਪਾਂ ਜ਼ਿਆਦਾ ਅਰਜੋਈਆਂ ਕਰਦੇ ਵੀ ਹੈ, ਪਰਮਾਤਮਾ ਮੈਨੂੰ ਬਲ ਬਖਸ਼ ਜਾਂ ਦੂਜੇ ਨੂੰ ਬਲ ਬਖਸ਼, ਤੇ ਹੁਣ ਆਪਾਂ ਉਹਨਾਂ ਨੂੰ ਕਹਿਣਾ ਵੀ ਬਲ ਬਖਸ਼, ਉਹਨਾਂ ਨੂੰ ਤਾਂ ਜਿਹੜਾ ਸਮਰਥ ਜਿਹੜੀ ਹੈ ਸਮਰਥ ਬਖਸ਼ ਕਿ ਉਹ ਕੰਮ ਕਰਨ। ਸੋ ਸਾਰੇ ਸਾਥੀਆਂ ਨੂੰ ਬੇਨਤੀ ਆ, ਆਹ ਆਪਣਾ ਅੱਜ ਦਾ ਮੇਨ ਜਿਹੜਾ ਹੈਗਾ ਇਵੈਂਟ ਆ, ਮੇਨ ਆਪਣਾ ਐਕਸ਼ਨ ਆ। ਸੋ ਮੈਂ ਅਰਦਾਸ ਸ਼ੁਰੂ ਕਰਦਾ। ਸੋ ਸਾਰੇ ਸਾਥੀਆਂ ਨੇ ਸ਼ਾਂਤੀ ਨਾਲ, ਜਿਹੜੇ ਪਿੱਛੇ ਆ ਜਿਹਨਾਂ ਨੂੰ ਗੱਲ ਨਹੀਂ ਪਹੁੰਚ ਰਹੀ, ਸ਼ਾਂਤ ਹੋ ਜਾਓ ਭਾਜੀ, ਅਰਦਾਸ ਆਪਾਂ ਸ਼ੁਰੂ ਕਰੀਏ। ਵੀਰ ਜੀ ਗੱਲਾਂ ਨਾ ਕਰੋ ਜੀ ਪਿੱਛੇ। ਸੋ ਮੈਂ ਛੋਟੀ ਛੋਟੀਆਂ ਲਾਈਨਾਂ 'ਚ ਬੋਲੂੰਗਾ। ਅਰਦਾਸ ਪਰਮਾਤਮਾ ਤੇਰੇ ਚਰਨਾਂ ਵਿੱਚ, ਬਖਸ਼ੋ ਸੁਮਤ ਤਾਨਾ ਸ਼ਾਹ ਪੰਜਾਬ ਸਰਕਾਰ ਨੂੰ, ਜਿਨ੍ਹਾਂ ਮੁਲਾਜ਼ਮਾਂ ਨਾਲ ਝੂਠੇ ਵਾਅਦੇ ਕੀਤੇ, ਡੀਏ ਨਾ ਦਿੱਤਾ, 15% ਹੱਕ ਵਾਪਸ ਲਿੱਤਾ, 15% ਹੱਕ ਵਾਪਸ ਲਿੱਤਾ, ਤੇ ਸਿਰਫ ਸੋਸ਼ਲ ਮੀਡੀਆ ਤੇ ਝੂਠਾ ਪ੍ਰਚਾਰ ਕੀਤਾ, ਤੇ ਸੋਸ਼ਲ ਮੀਡੀਆ ਤੇ ਸਿਰਫ ਝੂਠਾ ਪ੍ਰਚਾਰ ਕੀਤਾ। ਅਰਦਾਸ ਪਰਮਾਤਮਾ ਤੇਰੇ ਚਰਨਾਂ ਵਿੱਚ, ਅਰਦਾਸ ਪਰਮਾਤਮਾ ਤੇਰੇ ਚਰਨਾਂ ਵਿੱਚ,
ਬਖਸ਼ੋ ਸੁਮਤ ਤਾਨਾ ਸ਼ਾਹ ਪੰਜਾਬ ਸਰਕਾਰ ਨੂੰ, ਬਖਸ਼ੋ ਸੁਮਤ ਤਾਨਾ ਸ਼ਾਹ ਪੰਜਾਬ ਸਰਕਾਰ ਨੂੰ, ਜਿਨ੍ਹਾਂ ਮੁਲਾਜ਼ਮਾਂ ਦੇ ਹੱਕੀ ਮੰਗਾਂ ਨਾ ਸੁਣੀਆਂ, ਜਿਨ੍ਹਾਂ ਮੁਲਾਜ਼ਮਾਂ ਦੀ ਹੱਕੀ ਮੰਗਾਂ ਨਾ ਸੁਣੀਆਂ, ਪੁਰਾਣੀ ਪੈਨਸ਼ਨ ਬਹਾਲੀ ਦੇ ਨਾਂ ਤੇ ਡਰਾਮਾ ਕੀਤਾ, ਪੁਰਾਣੀ ਪੈਨਸ਼ਨ ਬਹਾਲੀ ਦੇ ਨਾਂ ਤੇ ਡਰਾਮਾ ਕੀਤਾ, ਅਰਦਾਸ ਪਰਮਾਤਮਾ ਤੇਰੇ ਚਰਨਾਂ ਵਿੱਚ, ਅਰਦਾਸ ਪਰਮਾਤਮਾ ਤੇਰੇ ਚਰਨਾਂ ਵਿੱਚ, ਬਖਸ਼ੋ ਸੁਮਤ ਤਾਨਾ ਸ਼ਾਹ ਪੰਜਾਬ ਸਰਕਾਰ ਨੂੰ, ਬਖਸ਼ੋ ਸੁਮਤ ਤਾਨਾ ਸ਼ਾਹ ਪੰਜਾਬ ਸਰਕਾਰ ਨੂੰ, ਜਿਨ੍ਹਾਂ ਪਾ ਕੇ ਆਮ ਆਦਮੀ ਦਾ ਬਾਣਾ, ਜਿਨ੍ਹਾਂ ਪਾ ਕੇ ਆਮ ਆਦਮੀ ਦਾ ਬਾਣਾ, ਵਤੀਰਾ ਕੀਤਾ ਮਾੜਾ, ਵਤੀਰਾ ਕੀਤਾ ਮਾੜਾ, ਨਵੀਂ ਭਰਤੀ ਕੀਤੇ ਮੁਲਾਜ਼ਮਾਂ ਨੂੰ, ਨਵੀਂ ਭਰਤੀ ਕੀਤੇ ਮੁਲਾਜ਼ਮਾਂ ਨੂੰ, 3 ਸਾਲ ਬੇਸਿਕ ਪੇ ਦੇ ਕੇ ਸ਼ੋਸ਼ਣ ਕੀਤਾ, 3 ਸਾਲ ਬੇਸਿਕ ਪੇ ਦੇ ਕੇ ਸ਼ੋਸ਼ਣ ਕੀਤਾ, ਅਰਦਾਸ ਪਰਮਾਤਮਾ ਤੇਰੇ ਚਰਨਾਂ ਵਿੱਚ, ਅਰਦਾਸ ਪਰਮਾਤਮਾ ਤੇਰੇ ਚਰਨਾਂ ਵਿੱਚ, ਬਖਸ਼ੋ ਸੁਮਤ ਤਾਨਾ ਸ਼ਾਹ ਪੰਜਾਬ ਸਰਕਾਰ ਨੂੰ, ਬਖਸ਼ੋ ਸੁਮਤ ਤਾਨਾ ਸ਼ਾਹ ਪੰਜਾਬ ਸਰਕਾਰ ਨੂੰ, ਮੁਲਾਜ਼ਮਾਂ ਨਾਲ ਕਰਕੇ ਵਾਅਦਾ, ਮੁਲਾਜ਼ਮਾਂ ਨਾਲ ਕਰਕੇ ਵਾਅਦਾ, ਮੁੱਕਰੀ ਸਰਕਾਰ, ਮੁੱਕਰੀ ਸਰਕਾਰ, ਸੱਦਾ ਨਾ ਦੇਵੇ ਕਿਸੇ ਤਕਰਾਰ ਨੂੰ, ਸੱਦਾ ਨਾ ਦੇਵੇ ਕਿਸੇ ਤਕਰਾਰ ਨੂੰ, ਅੱਜ ਅਸੀਂ ਇਹੀ ਅਰਦਾਸ ਕਰਦੇ ਹਾਂ, ਅੱਜ ਅਸੀਂ ਇਹੀ ਅਰਦਾਸ ਕਰਦੇ ਹਾਂ, ਸੁਮਤ ਬਖਸ਼ੇ ਤਾਨਾ ਸਾਹਿਬ ਪੰਜਾਬ ਸਰਕਾਰ ਨੂੰ, ਸੁਮਤ ਬਖਸ਼ੇ ਤਾਨਾ ਸਾਹਿਬ ਪੰਜਾਬ ਸਰਕਾਰ ਨੂੰ, ਭੁੱਲੀ ਬੈਠੀ ਜੋ ਆਪਣੇ ਕਿਰਦਾਰ ਨੂੰ, ਭੁੱਲੀ ਬੈਠੀ ਜੋ ਆਪਣੇ ਕਿਰਦਾਰ ਨੂੰ, ਨਾ ਕਰੋ ਸ਼ਰਮਿੰਦਾ ਲੋਕਤੰਤਰ ਦੇ ਦਰਬਾਰ 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 ਨੂੰ, ਅਰਦਾਸ ਪਰਮਾਤਮਾ ਤੇਰੇ ਚਰਨਾਂ ਵਿੱਚ, ਅਰਦਾਸ ਪਰਮਾਤਮਾ ਤੇਰੇ ਚਰਨਾਂ ਵਿੱਚ, ਬਖਸ਼ੋ ਸੁਮਤ ਤਾਨਾ ਸ਼ਾਹ ਪੰਜਾਬ ਸਰਕਾਰ ਨੂੰ, ਬਖਸ਼ੋ ਸੁਮਤ ਤਾਨਾ ਸ਼ਾਹ ਪੰਜਾਬ ਸਰਕਾਰ ਨੂੰ। ਸੋ ਸਾਥੀਓ, ਪਰਮਾਤਮਾ ਹੀ ਇਹਨਾਂ ਨੂੰ